ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਦੇ ਵਿੱਚ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਵਧੀਆ ਨਿਊਜ਼ ਜਿਹੜੀਆਂ ਲੈ ਕੇ ਆਇਆ ਹਾਂ ਜੀ ਬਹੁਤ ਸਾਰੀ ਨਿਊਜ਼ ਜਿਹੜੀਆਂ ਨੇ ਚੱਲ ਰਹੀਆਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਲਾਕਡਾਊਨ ਦੇ ਪੀਰੀਅਡ ਜਿਹੜਾ ਐ ਐਕਸਟੈਂਡ ਕਰ ਦਿੱਤਾ ਗਿਆ ਹੈ ਰੈੱਡ ਜ਼ੋਨ ਔਰੈਂਜ ਜ਼ੋਨ ਔਰ ਗ੍ਰੀਨ ਜ਼ੋਨ ਦੇ ਵਿੱਚ ਕੀ ਕੀ ਡੀਟੈਲ ਜਿਹੜੀ ਹੈ ਪੰਜਾਬ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ ਆਪਾਂ ਉਸ ਦੀ ਪੂਰੀ ਡੀਟੇਲ ਦੇ ਵਿੱਚ ਗੱਲ ਕਰਾਂਗੇ ਔਰ ਕਿਹੜੇ ਕਿਹੜੇ ਨਵੇਂ ਜਿਹੜੇ ਏਰੀਆਜ਼ ਨੇ ਕਿਹੜੇ ਕਿਹੜੇ ਨਵੇਂ ਡੈਸਟੀਨੇਸ਼ਨ ਰੈੱਡ ਜ਼ੋਨ ਦੇ ਅੰਡਰ ਵੇ ਰੂਲ ਉਹ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਔਰ ਕਿੰਨੀ ਟਿਲ ਮਿਲੇਗੀ ਔਰ ਕਿੰਨੇ ਟਾਈਮ ਲਈ ਮਿਲੇਗੀ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਟਿਲ ਮਿਲੇਗੀ ਉਹ ਵੀ ਦੱਸਾਂਗੇ ਪੰਜਾਬ ਗਵਰਨਮੈਂਟ ਜਿਹੜੀ ਟਿਲ ਦਿੰਦੀ ਆ ਉਹ orange zone ਤੇ green zone ਦੇ ਵਿੱਚ ਕੀ ਦਿੱਤੀ ਹੈ orange zone ਦੇ ਵਿੱਚ 9 ਵਜੇ ਤੋਂ ਲੈ ਕੇ 1 ਪੀਐਮ ਤੱਕ ਜਿਹੜੀ ਟਿਲ ਦਿੱਤੀ ਜਾਏਗੀ ਬਾਜ਼ਾਰ ਜਾ ਸਕਦੇ ਨੇ ਔਰ ਜਿਹੜੇ ਕਿ green zone ਹੈ ਉਹਨਾਂ ਵਿੱਚ ਕੀ ਟਿਲ ਦਿੱਤੀ ਜਾਏਗੀ ਮੈਂ ਪੂਰੀ ਡਿਟੇਲ ਵਿੱਚ ਗੱਲ ਕਰਾਂਗਾ ਇਸ ਨਿਊਜ਼ ਦੇ ਵਿੱਚ ਤਾਂ ਪੂਰੀ ਵੀਡੀਓ ਜ਼ਰੂਰ ਦੇਖਣਾ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਹਰ ਗਵਰਨਮੈਂਟ ਜੌਬ ਅਤੇ ਗਵਰਨਮੈਂ पास ਨਹੀਂ ਹੋਣਾ ਦੁਬਾਰੇ ਪੂਰੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਵਾਂਗੇ ਅਸੀਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਔਰ ਬੈਲ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਰ ਪਹੁੰਚ ਸਕੇ ਤਾਂ ਹੁਣ ਹੱਬ ਤੋਂ ਪਹਿਲਾਂ ਲੈ ਚੱਲਦੇ ਹਾਂ ਜਿਹੜੀ ਤਾਜ਼ਾ ਖਬਰ ਆਈ ਹੈ ਜੀ ਕਰੋਨਾ ਵਾਇਰਸ ਨੂੰ ਚੱਲਦੇ ਹੋਏ ਕਰੋਨਾ ਨੇ ਵਿਗੜੇ ਵਿਗਾੜੇ ਪੰਜਾਬ ਦੇ ਹਾਲਾਤ ਹੁਣ 13 ਜ਼ਿਲ੍ਹੇ ਰੈੱਡ ਜ਼ੋਨ ਚ ਆਏ ਸੂਬੇ ਚ ਕਰੋਨਾ ਮਰੀਜ਼ਾਂ ਦੀ ਸੰਖਿਆ ਵਧਣ ਦੇ ਪੰਜਾਬ ਕੈਬਨਿਟ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਕੋਈ ਵੀ ਪੰਜਾਬੀ ਜੋ ਦੂਜੇ ਸੂਬਿਆਂ ਤੋਂ ਪਰਤਿਆ ਹੈ ਕਾ ਹੋਵੇ ਉਸ ਦਾ ਵੀ ਟੈਸਟ ਲਿਆ ਜਾਵੇਗਾ ਪੰਜਾਬ ਚ ਨਦੇੜ ਤੋਂ ਬਾਹਰੀ ਸੂਬਿਆਂ ਤੋਂ ਲੋਕਾਂ ਦੇ ਵਾਪਸ ਪਰਤਣ ਮਗਰੋਂ ਸੂਬੇ ਚ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਸੋ ਇਹ ਸੀਗੀ ਜਿਹੜੀ ਪੰਜਾਬ ਵਿੱਚ ਜਿਹੜੀ ਕਿ ਖੂਬੇ ਦੇ ਵਿੱਚ 12000 ਲੋਕਾਂ ਦੁਆਰਾ ਗਿਣਤੀ ਵਧਾ ਦਿੱਤੀ ਗਈ ਹੈ ਕਰੋਨਾ ਵਾਇਰਸ ਸਕਰਮਿਤ ਲੋਕਾਂ ਦੀ ਸੋ ਉਹਨਾਂ ਨੇ ਹੁਣ ਪੰਜਾਬ ਗਵਰਨਮੈਂਟ ਨੇ ਜਿਹੜਾ ਫੈਸਲਾ ਲਿਆ ਹੈ ਕਿ ਚਾਹੇ ਕੋਈ ਵੀ ਬਾਹਰੋਂ ਆ ਰਿਹਾ ਹੈ ਬਾਹਰਲੇ ਸੂਬੇ ਤੋਂ ਤਾਂ ਉਹਨਾਂ ਦਾ ਸਕਰੀਨਿੰਗ ਟੈਸਟ ਦੁਬਾਰਾ ਕੀਤਾ ਜਾਏਗਾ ਚਾਹੇ ਪਹਿਲਾਂ ਉਹ ਟੈਸਟ ਕਰਾ ਕੇ ਆ ਚੁੱਕੇ ਨੇ ਕਿਉਂਕਿ ਹੁਣੇ ਥੋੜੇ ਦਿਨ ਪਹਿਲਾਂ ਹੀ ਜਿਹੜੇ ਵੀ ਹਜ਼ੂਰ ਸਾਹਿਬ ਤੋਂ ਵਾਪਸ ਨਦੇੜ ਤੋਂ ਵਾਪਸ ਪਹੁੰਚੇ ਨੇ ਸ਼ਰਧਾਲੂ ਉਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਕਾਊਂਟ ਜਿਹੜਾ ਬਹੁਤ ਜ਼ਿਆਦਾ ਵਧਾ ਦਿੱਤਾ ਹੈ ਔਰ ਕਾਫੀ ਸਾਰੇ ਨਵੇਂ ਇਲਾਕੇ ਰੈੱਡ ਜ਼ੋਨ ਦੇ ਵਿੱਚ ਆ ਚੁੱਕੇ ਨੇ ਸ ਕਿਹੜੇ ਇਲਾਕਿਆਂ ਵਿੱਚ ਕਿੰਨੇ-ਕਿੰਨੇ ਜਿਹੜੇ ਨੇ ਕਾਊਂਟ ਹੋ ਚੁੱਕਰੇ ਹੈ ਕਰੋਨਾ ਮਰੀਜ਼ਾਂ ਦਾ ਚਲੋ ਅਗਲੀ ਖਬਰ ਪੜ੍ਹਦੇ ਹਾਂ ਜੀ ਸ਼ਨੀਵਾਰ ਪਹਿਲੀ ਵਾਰ ਇੱਕ ਦਿਨ 'ਚ 272 ਇਕੱਠੇ ਕੇਸ ਆਏ ਸਨ ਇਸ ਤੋਂ ਬਾਅਦ ਸਵੇਰ 'ਚ 13 ਜ਼ਿਲ੍ਹੇ ਰੈੱਡ ਜ਼ੋਨ 'ਚ ਆ ਗਏ ਹਨ ਜਾਣਕਾਰੀ ਮੁਤਾਬਕ ਸ਼ਿਆਰਪੁਰ 'ਚ 72 ਅਮ੍ਰਿਤਸਰ 'ਚ 63 ਬਠਿੰਡਾ 'ਚ 33 ਗੁਰਦਾਸਪੁਰ 25 ਲੁਧਿਆਣਾ 'ਚ 19 ਫਤਿਹਗੜ੍ਹ ਸਾਹਿਬ 'ਚ 4 ਮੋਗਾ 'ਚ 21 ਜਲੰਧਰ 'ਚ 16 ਮੁਹਾਲੀ 'ਚ 1 ਮਾਨਸਾ ਮੁਕਸਰ 'ਚ 33 ਸੰਗਰੂਰ 'ਚ 4 ਬਰਨਾਲਾ 'ਚ 2 ਰੋਪੜ 'ਚ 1 ਅਤੇ ਨਵਾਂ ਸ਼ਹਿਰ 'ਚ 5 ਕੇਸ ਨਵੇਂ ਆਏ ਹਨ ਇਹਨਾਂ ਵਿੱਚੋਂ 228 ਸ਼ਦਾਲੂ ਹਨ ਜੋ ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਹਨ ਇਸ ਤੋਂ ਇਲਾਵਾ ਹੈਲਥ ਵਿਭਾਗ ਦੇ 6 ਮੁਲਾਜ਼ਮ ਵੀ ਪੋਜ਼ੀਟਿਵ ਪਾਏ ਗਏ ਹਨ ਤੇ 33 ਹੋਰ ਹਨ ਪੋਜ਼ੀਟਿਵ ਮਰੀਜ਼ਾਂ ਦਾ ਆਕੜਾ 981 ਤੇ ਪਹੁੰਚ ਗਿਆ ਹੈ ਸੋ ਤੁਸੀਂ ਦੇਖ ਹੀ ਪਾ ਰਹੇ ਹੋ ਕਿ ਹਜੂਰ ਸਾਹਿਬ ਤੋਂ ਪਰਤੇ ਸਤੁਦਰਦ ਆਲੂਆ ਨੇ ਜਿਹੜਾ ਕਾਊਂਟ ਹੈ ਬਹੁਤ ਜ਼ਿਆਦਾ ਵਧਾ ਦਿੱਤਾ ਹੈ ਔਰ ਕਾਫੀ ਨਵੇਂ ਜਿਹੜੇ ਇਲਾਕੇ ਨੇ ਉਹ ਰੈੱਡ ਜ਼ੋਨ ਦੇ ਵਿੱਚ ਆ ਚੁੱਕੇ ਨੇ ਸੋ ਰੈੱਡ ਜ਼ੋਨ ਦੇ ਵਿੱਚ ਟੋਟਲੀ ਲਾਕਡਾਊਨ ਰਹੇਗਾ ਠੀਕ ਹੈ ਜੀ ਔਰ ਕੋਈ ਵੀ ਜਿਹੜੀ ਢਿੱਲ ਉਹ ਨਹੀਂ ਦਿੱਤੀ ਜਾਏਗੀ ਰੈੱਡ ਜ਼ੋਨ ਇਲਾਕਿਆਂ ਦੇ ਵਿੱਚ ਏਡ ਤੁਸੀਂ ਜ਼ਿਲ੍ਹੇ ਦੇਖ ਰਹੇ ਹੋ ਸਾਰੇ ਜ਼ਿਲ੍ਹੇ ਰੈੱਡ ਜ਼ੋਨ ਦੇ ਅੰਡਰ ਜਿਹੜੇ ਨੇ ਆ ਚੁੱਕੇ ਨੇ ਔਰ ਇਨ੍ਹਾਂ ਵਿੱਚ ਕੋਈ ਵੀ ਜਿਹੜਾ ਵੀ orange zone ਦੇ ਵਿੱਚ ਆਂਦਾ ਹੈ orange zone ਨੂੰ ਜਿਹੜੀ 9 ਵਜੇ ਤੋਂ ਲੈ ਕੇ 1 ਵਜੇ ਤੱਕ ਢਿਲ ਦਿੱਤੀ ਜਾਏਗੀ ਜਿਹੜੇ ਬਾਜ਼ਾਰ ਨੇ ਉਹ ਨਹੀਂ ਖੁੱਲਣਗੇ ਲੇਕਿਨ ਜਿਹੜੇ ਰੈ residențial ਏਰੀਆ ਤੇ ਨੇੜੇ ਜਿਹੜੇ ਦੁਕਾਨਾਂ ਹੋਣਗੀਆਂ ਉਹ ਓਪਨ ਹੋਣਗੀਆਂ ਔਰ ਤੁਸੀਂ ਬਾਹਰ ਜਾ ਸਕਦੇ ਹੋ ਠੀਕ ਹੈ ਜੀ 9 ਤੋਂ 1 ਵਜੇ ਤੱਕ ਔਰ green zone ਦੇ ਵਿੱਚ 7 ਤੋਂ ਲੈ ਕੇ 7 ਵਜੇ ਤੱਕ ਜਿਹੜੀ ਹੈ ਉਹ ਢਿਲ ਦਿੱਤੀ ਜਾਏਗੀ ਤੁਹਾਰੇ ਮਾਰਕੀਟ ਬਾਜ਼ਾਰ ਜਿਹੜੇ ਨੇ ਓਪਨ ਹੋਣਗੇ ਲਓ ਉਹਨਾਂ ਵਿੱਚ ਤੁਸੀਂ ਜਾ ਕੇ ਵਾਪਸ ਜਿਹੜਾ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਵਾਪਸ ਆ ਸਕਦੇ ਹੋ ਇਹ ਲਿਸਟ ਵੀ ਜਲਦ ਹੀ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਜ ਜਿਹੜੇ ਇਲਾਕੇ ਨੇ ਅਪਡੇਟ ਕਰਕੇ ਪਾਇਆ ਜਾਣਗੇ ਸੋ ਕੱਲ ਤੱਕ ਦੀਆਂ ਖਬਰਾਂ ਦੇ ਲਈ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਅਸੀਂ ਕੱਲ ਅਪਡੇਟ ਕਰਾਂਗੇ ਕਿ ਕਿਹੜੇ ਕਿਹੜੇ ਇਲਾਕੇ ਜਿਹੜੇ ਰੈਡ ਜ਼ੋਨ ਦੇ ਵਿੱਚ ਨੇ ਔਰਾਂ ਜ਼ੋਨ ਦੇ ਵਿੱਚ ਉਹ ਲਿਸਟ ਵੀ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਸੋ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਜੁੜੇ ਰਹਿਣਾ ਸਾਡੇ ਨਾਲ ਤਾਜ਼ਾ ਖਬਰਾਂ ਦੇ ਲਈ ਸੋ ਮਿਲਦੇ ਆਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਦੇ ਲਈ ਧੰਨਵਾਦ ਜੀ